फैला बड़ा होया, बहुत लंबे समय की गुरु महाराज सच्चे पातशाह वेले की है। उस बेरी के नाल सब तो पहला आके दो घोड़े जिहड़े दिलबाग ते गुलबाग बन्ने गए, इस स्थान ते यही जगह सी जिथे पानी का प्रबंध सी। ठीक है इस जी, करके इत्थे महाराज ने जंग, इस स्थान दे उपर ये हुई, स्थान ते जंग हुई है। ठीक है जी, इत्थे महाराज ने जंगी बिउंद यह बनाई सारा, सी। हाँ जी, सारी ये जिन्ने भी तुसी देखो भी आ सारी ये जंग दा मैदान संस्कार भी हो गया। उस तो बाद महाराज ने पूछा सीगा भी भाई किसी ने कोई शस्त्र तो नहीं चोरी किया, अच्छा जी, रखा तो नहीं, रखा था नहीं, तो ठीक है उन्हें जी, दस्या नहीं। महाराज कहिंदे दस दौ हजे भी समय नहीं अच्छा दस्या। जी, महाराज ने उदों वचन किया सी वी तुसी ये कृपान रखी है, ये हर साल थोड़े घरां दे विच लड़ाई होया करूगी, ठीक है ते जी, अज भी महाराज दे विच कोई ना कोई किसी ना किवें किवें करके कोई ना कुछ हुंदी है गल। वाहिगुरू जी का खालसा, वाहिगुरू जी की फतेह जी। सारी संगत नूं फतेह बुलाउंदे जी। अज गुरद्वारा महाराज इत्थे पाशी छेमी 400 प्राप्त गुरद्वारा साहब सुशोभित ने, उत्थों दे इतिहास बारे बाबा जी चानना पाउणगे। वाहिगुरू जी का खालसा, वाहिगुरू जी ਵਾਹਿਗੁਰੂ की ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਬਾ ਜੀ, ਅਸੀਂ ਇਸ ਸਥਾਨ ਦੇ ਇਤਿਹਾਸ ਬਾਰੇ ਚਾਨਣਾ ਪਾਓ ਜੀ। ਇਹ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਸਰ ਸਧਾਰ ਦੇ ਵਿੱਚ ਜਿਹੜਾ ਤਰਨ ਤਾਰਨ ਇਲਾਕੇ ਦੇ ਵਿੱਚ ਉੱਥੇ ਠਹਿਰੇ ਹੋਏ ਸੀ, ਹਾਂਜੀ, ਅਤੇ ਇੱਧਰੋਂ ਮਹਾਰਾਜ ਨੇ ਜਦੋਂ ਬਚਨ ਕੀਤੇ ਹੋਏ ਸੀ ਕਿ ਜਦੋਂ ਵੀ ਭਾਈ ਸਾਡਾ ਕੋਈ ਸਿੱਖ ਆਵੇ ਅਤੇ ਸਾਨੂੰ ਘੋੜੇ ਭੇਟਾ ਕਰੇ ਜਾਂ ਕੋਈ ਜਵਾਨੀ ਭੇਟਾ ਕਰੇ, ਅਤੇ ਉਹਦੇ ਵਿੱਚ ਹੀ ਲਾਹੌਰ ਤੋਂ ਜਿਹੜੇ ਅਨਾਇਤ ਉਲ ਖਾਂ ਇਹ ਸੂਬੇਦਾਰ ਸੀਗਾ, ਅਤੇ ਸੰਗਤਾਂ ਆਉਂਦੀਆਂ ਸੀਗੀਆਂ ਕਾਬਲ ਕੰਧਾਰ ਤੋਂ, ਠੀਕ ਜਿਨ੍ਹਾਂ ਹੈ ਦੇ ਜੀ, ਵਿੱਚ ਕਰੋੜੀ ਮੱਲ ਵੀ ਸੀ। ਉਹ ਮਹਾਰਾਜ ਵਾਸਤੇ ਘੋੜੇ ਬੜੇ ਸੁੰਦਰ ਹੈ, ਦਿਲਬਾਗ ਅਤੇ ਗੁਲਬਾਗ ਲੈ ਕੇ ਮਹਾਰਾਜ ਨੂੰ ਭੇਟਾ ਕਰਨ ਵਾਸਤੇ ਆਉਂਦਾ ਸੀ, ਅਤੇ ਅਨਾਇਤ ਉਲ ਖਾਂ ਦੇ ਜਿੰਨੇ ਵੀ ਸੈਨਿਕ ਸੀ ਉਹਨਾਂ ਨੇ ਜਿਹੜਾ ਘੋੜੇ ਖੋਏ ਅਤੇ ਆਪਣੇ ਰੱਖ ਲਏ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਸੰਗਤਾਂ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਵੀ ਸਾਡੇ ਜਿਹੜੇ ਘੋੜੇ ਆ ਉਹ ਖੋਏ ਗਏ ਆ, ਕਿਉਂਕਿ ਉਦੋਂ ਮਨ ਉਦਾਸ ਸੀ ਜਿਹੜੀ ਭੇਟਾ ਸਤਿਗੁਰੂ ਨੂੰ ਕਰਨੀ ਸੀ, ਅਤੇ ਉਹੀ ਭੇਟਾ ਫਿਰ ਇਹ ਜਿਹੜੇ ਲਾਹੌਰ ਦਾ ਸੂਬੇਦਾਰ ਸੀ ਉਹਨੇ ਖੋਈ, ਅਤੇ ਨਹੀਂ ਮਨ ਉਦਾਸ, ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਪੁੱਛਿਆ ਕਿ ਕੀ ਗੱਲ ਹੈ, ਸਾਰੀ ਵਾਰਤਾ ਦੱਸੀ ਕਿ ਮਹਾਰਾਜ ਆਹ ਗੱਲ ਹੈ ਘੋੜੇ ਖੋਏ ਗਏ ਸਾਡੇ, ਅਤੇ ਸਤਿਗੁਰਾਂ ਨੇ ਬਾਬਾ ਬਿਧੀ ਚੰਦ ਨੂੰ ਥਾਪੜਾ ਦੇ ਕੇ ਭੇਜਿਆ ਸੀਗਾ। ਸਭ ਤੋਂ ਪਹਿਲਾਂ ਬਾਬਾ ਬਿਧੀ ਚੰਦ ਜੀ ਜਦੋਂ ਗਏ ਉਹ ਘਾਈਆ ਬਣ ਕੇ ਗਏ ਸੀ, ਕਿਉਂਕਿ ਜਿਹੜੇ ਘੋੜੇ ਸੀ ਉਹ ਨਾ ਤਾਂ ਕੁਝ ਖਾਂਦੇ ਸੀ ਨਾ ਹੀ ਕੁਝ ਪੀਂਦੇ ਸੀ, ਭੁੱਖੇ ਭਾਣੇ ਸੀ, ਅਤੇ ਉਹਨਾਂ ਨੂੰ ਜਿਹੜਾ ਵੀ ਕੋਈ ਆਉਂਦਾ ਅਤੇ ਉਹ ਇਸ ਕਰਕੇ ਉਹਨਾਂ ਨੂੰ ਐਂ ਸੀਗਾ ਕਿ ਚੱਲ ਕੋਈ ਇਹ ਖਾਣ ਪੀਣ ਲੱਗ ਜਾਣਗੇ ਤਾਂ ਜੋ ਇਹਨਾਂ ਦੀ ਜਿਹੜੀ ਸਿਹਤ ਆ ਉਹ ਚੰਗੀ ਹੋਊਗੀ, ਰਾਜ਼ੀ ਹੋ ਜਾਣਗੇ, ਚੰਗੇ ਸੀਗੇ ਘੋੜੇ। ਉਸ ਵਕਤ ਬਾਬਾ ਬਿਧੀ ਚੰਦ ਫਿਰ ਘਾਈਆ ਬਣ ਕੇ ਗਏ, ਘਾਈਆ ਬਣ ਕੇ ਸਭ ਤੋਂ ਪਹਿਲਾਂ ਜਿਹੜਾ ਦਿਲਬਾਗ ਘੋੜਾ ਸੀ ਉਹ ਲੈ ਕੇ ਆਏ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਆਪਣੇ ਕੋਲ ਪਹਿਲਾ ਘੋੜਾ ਆਇਆ, ਫਿਰ ਬਾਬਾ ਬਿਧੀ ਚੰਦ ਨੂੰ ਕਿਹਾ ਕਿ ਹੁਣ ਇਹ ਘੋੜਾ ਆ ਗਿਆ ਅਤੇ ਦੂਜੇ ਘੋੜੇ ਦਾ ਮਨ ਨਹੀਂ ਲੱਗਦਾ, ਇਸ ਕਰਕੇ ਹੁਣ ਦੋਨਾਂ ਭਰਾਵਾਂ ਨੂੰ ਵੀ ਬੁਲਾਉਣਾ ਚਾਹੀਦਾ। ਫਿਰ ਬਾਬਾ ਬਿਧੀ ਚੰਦ ਨਜੂਮੀ ਬਣ ਕੇ ਗਏ ਸੀਗੇ, ਨਜੂਮੀਆਂ ਬਣ ਕੇ ਫਿਰ ਜਾ ਕੇ ਘੋੜਾ ਦੂਜਾ ਵੀ ਗੁਲਬਾਗ ਵੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਚਰਨਾਂ ਦੇ ਵਿੱਚ ਭੇਟਾ ਕਰ ਦਿੱਤਾ ਸੀ। ਉਹ ਜਦੋਂ ਆਏ ਇਹੋ ਗੱਲ ਬਾਬਾ ਬਿਧੀ ਚੰਦ ਜੀ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖੀ ਸੀ, ਮਹਾਰਾਜ ਮੈਂ ਜਦੋਂ ਆਉਣ ਲੱਗਿਆ ਸੀਗਾ ਅਤੇ ਉਸ ਵਕਤ ਮੈਂ ਕਹਿ ਕੇ ਆਇਆ ਸੀਗਾ ਕਿ ਹੁਣ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਚੱਲਿਆ, ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਹਾਂ, ਇਸ ਕਰਕੇ ਜੇ ਮੈਨੂੰ ਫੜਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉੱਧਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਓ ਅਤੇ ਅਸੀਂ ਤੁਹਾਡੇ ਜਿਹੜਾ ਜੰਗ ਯੋਧਾ ਸੀ ਤੁਹਾਡੇ ਨਾਲ ਕਰਾਂਗੇ। ਇਸ ਕਰਕੇ ਮਹਾਰਾਜ ਜੀ ਨੇ ਫਿਰ ਤਿਆਰੀ ਕਰਵਾਈ, ਜਿਹੜਾ ਆਪ ਜੀ ਜਾਓ ਸ਼ਹੀਦਾਂ ਦੇ ਸਥਾਨ 'ਤੇ, ਉੱਥੇ ਬਹੁਤ ਵੱਡੀ ਬੇਰੀ ਸਾਹਿਬ ਹੈ, ਫੈਲਾਅ ਬੜਾ ਹੋਇਆ, ਬਹੁਤ ਲੰਬੇ ਸਮੇਂ ਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਦੀ ਹੈ। ਉਸ ਬੇਰੀ ਦੇ ਨਾਲ ਸਭ ਤੋਂ ਪਹਿਲਾਂ ਆ ਕੇ ਦੋ ਘੋੜੇ ਜਿਹੜੇ ਦਿਲਬਾਗ ਅਤੇ ਗੁਲਬਾਗ ਬੰਨੇ ਗਏ ਇਸ ਸਥਾਨ 'ਤੇ, ਉਹ ਬੇਰੀ ਉਹ ਜਦੋਂ ਆਪ ਜੀ ਤੁਸੀਂ ਜਾਓ ਨਾ ਸ਼ਹੀਦਾਂ ਦੇ ਸਥਾਨ 'ਤੇ ਹੈ, ਆਹੀ ਰਸਤਾ ਜਾਂਦਾ ਸ਼ਹੀਦਾਂ ਦੇ ਸਥਾਨ 'ਤੇ, ਬਹੁਤ ਬੇਰੀ ਹੈ ਉੱਥੇ ਆ ਕੇ ਦੋਨੇ ਘੋੜੇ ਹੈ ਸਭ ਤੋਂ ਪਹਿਲਾਂ ਉੱਥੇ ਬੰਨੇ ਗਏ। ਠੀਕ ਹੈ, ਉਦੋਂ ਬਾਅਦ ਇੱਥੇ ਜੰਗ ਦਾ ਮੈਦਾਨ ਜਿਹੜਾ ਉਹ ਭਾਈ ਰੂਪ ਚੰਦ ਦੇ ਨਾਲ, ਕਿਉਂਕਿ ਮਹਾਰਾਜ ਨੇ ਰੂਪ ਚੰਦ ਨੂੰ ਕਿਹਾ ਸੀ ਕੋਈ ਸਾਨੂੰ ਕੋਈ ਇਹੋ ਜਿਹੀ ਰਮਣੀਕ ਜਗ੍ਹਾ ਦੱਸੋ ਜਿੱਥੇ ਅਸੀਂ ਜੰਗ ਲੜ ਸਕੀਏ। ਉਦੋਂ ਕੋਈ ਜ਼ਿਆਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਸੀਗਾ, ਇੱਥੇ ਵੀ ਇਹੀ ਜਗ੍ਹਾ ਸੀ ਜਿੱਥੇ ਪਾਣੀ ਦਾ ਪ੍ਰਬੰਧ ਸੀ, ਠੀਕ ਹੈ ਇਸ ਜੀ, ਕਰਕੇ ਇੱਥੇ ਮਹਾਰਾਜ ਨੇ ਜੰਗ ਲੜਿਆ। ਜਦੋਂ ਲਲਾ ਬੇਗ ਤੋਂ ਆਦ ਲੈ ਕੇ ਇਹਦੇ ਪੋਤਰੇ ਪੁੱਤਰੇ ਸਾਰੇ ਸੀਗੇ, ਇਹਦਾ ਜਿਹੜਾ ਭਤੀਜਾ ਵੀ ਸੀਗਾ ਗੁਲ ਖਾਂ ਵਰਗੇ, ਉਹ ਸਾਰੇ ਚੜ੍ਹ ਕੇ ਆਏ ਸੀ ਮਹਾਰਾਜ ਦੇ ਉੱਪਰ। ਠੀਕ ਹੈ ਜੀ, ਉਹ ਵੀ ਜਿਹੜੀ ਜੰਗ ਹੋਈ ਉਹ ਇਸ ਸਥਾਨ ਦੇ ਉੱਪਰ ਇਹ ਹੋਈ, ਸਥਾਨ 'ਤੇ ਜੰਗ ਹੋਈ ਹੈ। ਠੀਕ ਹੈ ਜੀ, ਇੱਥੇ ਮਹਾਰਾਜ ਨੇ ਜੰਗੀ ਬਿਉਂਦ ਇਹ ਬਣਾਈ ਸਾਰਾ, ਸੀ। ਹਾਂਜੀ, ਸਾਰੀ ਇਹ ਜਿੰਨੇ ਵੀ ਤੁਸੀਂ ਦੇਖੋ ਵੀ ਆਹ ਸਾਰੀ ਇਹ ਜੰਗ ਦਾ ਮੈਦਾਨ ਹੀ ਸੀਗਾ। ਠੀਕ ਹੈ ਜੀ, ਪੁਰਾਤਨ ਤੁਸੀਂ ਆਹ ਇਹ ਹੁਣ ਸਰੋਵਰ ਤਿਆਰ ਹੋਇਆ, ਸਰੋਵਰ ਪਹਿਲਾਂ, ਬਿਲਡਿੰਗ ਬਣੀ ਹੈ, ਹਾਂਜੀ ਸਰੋਵਰ ਪਹਿਲਾਂ ਉੱਪਰਲੇ ਪਾਸੇ ਹੁੰਦਾ ਸੀ,
ਤੇ ਇੱਥੇ ਇੱਕ ਤੰਬੂ ਜਿੱਥੇ ਮਹਾਰਾਜ ਨੇ ਤੰਬੂ ਲਾ ਕੇ ਇਹਨੂੰ ਤੰਬੂ ਸਾਹਿਬ ਅਸਥਾਨ ਦਾ ਜਿਹੜਾ ਨਾਮ ਹੈ। ਅੱਛਾ ਜੀ, ਗੁਰਦੁਆਰਾ ਤੰਬੂ ਸਾਹਿਬ। ਹਾਂਜੀ, ਗੁਰਦੁਆਰਾ ਤੰਬੂ ਸਾਹਿਬ ਸੀ, ਇੱਥੇ ਤੰਬੂ ਲਾਇਆ ਸੀ ਮਹਾਰਾਜ ਨੇ। ਉਦੋਂ ਬਾਅਦ ਛੋਟਾ ਗੁਰੂ ਸਰ ਤੁਸੀਂ ਜਾਓ ਮਹਿਰਾਜ ਦੇ ਵਿੱਚ ਹੈ। ਹਾਂਜੀ, ਉੱਥੇ ਜਿਹੜਾ ਭੋਜਨ ਭੋਜਨ ਤਿਆਰ ਹੁੰਦਾ ਸੀਗਾ, ਉੱਥੋਂ ਚੱਲ ਕੇ ਫਿਰ ਜਿਹੜਾ ਇੱਥੇ ਆਉਂਦਾ ਸੀਗਾ, ਇੱਥੇ ਵੀ ਮੈਦਾਨ ਸੀਗਾ, ਮੈਦਾਨ ਸੀ ਜੰਗ ਦਾ ਮੈਦਾਨ। ਹਾਂ, ਉੱਥੇ ਉਹ ਫਿਰ ਉਹ ਸ਼ਹੀਦਾਂ ਦੇ ਅਸਥਾਨ 'ਤੇ ਜਦੋਂ ਜੰਗ ਹੋਈ ਹੈ, ਤਕਰੀਬਨ 35,000 ਫੌਜਾਂ ਚੜ੍ਹ ਕੇ ਆਈਆਂ ਸੀ ਮਹਾਰਾਜ ਦੇ ਉੱਪਰ। ਠੀਕ ਹੈ। ਭਾਈ ਰੂਪ ਚੰਦ ਦੇ ਕੋਲ ਤਕਰੀਬਨ 1,000 ਕੁ ਫੌਜ ਸੀ, ਅਤੇ ਮਹਾਰਾਜ ਕੋਲ ਵੀ ਹੈਗੀ ਸੀ ਇੰਨੇ ਵੀ 3,000, ਸਾਰੀ ਮਲਾ ਮਲੂ ਕੇ, ਅਤੇ 4,000 ਫੌਜ ਆਪਣੇ ਸਿੱਖਾਂ ਦੀ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਸੀ। 4,000 ਫੌਜ ਦੇ ਨਾਲ ਫਿਰ ਸਾਰੀ ਜਿਹੜੀ ਉਹਨਾਂ ਨੇ ਜੰਗ ਲੜਿਆ ਸੀ, ਅਤੇ ਉਹ ਮੋਰਚਾ ਲੱਗਿਆ ਸੀ। ਉਹ ਇੱਥੋਂ ਹੀ ਇੱਕ ਹਸਨ ਖਾਨ ਜਿਹੜਾ ਸੂਈਆ ਬਣ ਕੇ ਆਇਆ ਸੀ। ਹਾਂਜੀ, ਹਸਨ ਖਾਨ ਸੂਈਆ ਬਣ ਕੇ ਆਇਆ, ਉਹਨੇ ਜਦੋਂ ਆ ਕੇ ਦੇਖਿਆ ਵੀ ਇੰਨੀ ਕੋਈ ਫੌਜ ਆ, ਇਹ ਤਾਂ ਕੋਈ ਨਿਡਰ ਹੈ, ਕੋਈ ਡਰ ਨਹੀਂ ਇਹਨਾਂ ਦੇ, ਕੋਈ ਮਨ 'ਚ ਕੋਈ ਭੈ ਨਹੀਂ ਹੈਗਾ ਇਹਨਾਂ ਦੇ ਮਨ 'ਚ, ਅਤੇ ਉਹਨੇ ਜਾ ਕੇ ਸਾਰੀ ਗਾ ਵਾਰਤਾ ਜਿਹੜੀ ਲਲਾ ਬੇਗ ਨੂੰ ਦੱਸੀ। ਲਲਾ ਬੇਗ ਕ੍ਰੋਧੀ ਸੀ, ਥੋੜ੍ਹਾ ਜਿਹਾ ਗੁੱਸੇ 'ਚ ਆਇਆ ਵੀ ਇਹ ਸਾਡੇ ਦੁਸ਼ਮਣ ਦੀ ਵਡਿਆਈ ਕਰੀ ਜਾਂਦਾ, ਇਸ ਕਰਕੇ ਫਿਰ ਉਹਨਾਂ ਨੇ ਜਦੋਂ ਕੋਰੜੇ ਮਾਰੇ ਕੁੱਟਿਆ ਉਹਨੂੰ ਨਾਲ ਦਿਆਂ ਨੇ, ਕਿਹਾ ਵੀ ਇਹ ਤਾਂ ਆਪਣੇ ਦੁਸ਼ਮਣਾਂ ਦੀ ਵਡਿਆਈ ਕਰੀ ਜਾਂਦਾ ਹੈਗਾ, ਇਸ ਕਰਕੇ ਫਿਰ ਉਹ ਚੱਲ ਕੇ ਫਿਰ ਮਹਾਰਾਜ ਦੇ ਕੋਲ ਆਇਆ, ਮਹਾਰਾਜ ਦੀ ਸ਼ਰਨ 'ਚ ਆਇਆ, ਮਹਾਰਾਜ ਦੀ ਸ਼ਰਨ 'ਚ ਆਇਆ। ਹਸਨ ਖਾ ਗਿਆ, ਆ ਕੇ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਵੀ ਤੁਹਾਡੇ ਤੋਂ ਬਿਨਾਂ ਹੁਣ ਮੇਰਾ ਕੌਣ ਹੈ, ਕਿਉਂਕਿ ਸਤਿਗੁਰਾਂ ਨੇ ਕਿਹਾ ਸੀ ਤੂੰ ਜਾ ਕੇ ਸਾਰਾ ਕੁਝ ਸੱਚ ਦੱਸੀ ਉਹਨਾਂ ਨੂੰ, ਸੱਚ ਅਤੇ ਇਹਨੇ ਸੱਚ ਦੱਸਿਆ ਸੀ ਜਾ ਕੇ, ਅਤੇ ਮਹਾਰਾਜ ਕਹਿੰਦੇ ਤੂੰ ਇੱਥੇ ਹੀ ਟੇਕ, ਤੈਨੂੰ ਲਲਾ ਬੇਗ ਦੀ ਜਗ੍ਹਾ 'ਤੇ ਹੀ ਅਸੀਂ ਰਾਜਾ ਬਣਾ ਦਿਆਂਗੇ। ਠੀਕ ਹੈ, ਲਲਾ ਬੇਗ ਦਾ ਰਾਜ ਤੈਨੂੰ ਦੇਵਾਂਗੇ। ਗੁਰੂ ਸਾਹਿਬ ਨੇ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਜਸੂਸ ਬਣ ਕੇ ਆਇਆ ਸੀਗਾ, ਉਹਨੂੰ ਵੀ ਬਖਸ਼ਿਸ਼ਾਂ ਕੀਤੀਆਂ, ਲਲਾ ਬੇਗ ਦਾ ਰਾਜ ਉਹਨੂੰ ਬਖਸ਼ਿਆ ਫਿਰ ਮਹਾਰਾਜ ਨੇ। ਠੀਕ ਹੈ। ਫਿਰ ਇੱਥੇ ਜਦੋਂ ਜੰਗ ਹੁੰਦੀ ਹੈ, 35,000 ਫੌਜਾਂ ਦੇ ਵਿੱਚੋਂ ਕੁਝ ਕੁ ਜਿਹੜੀ ਫੌਜ ਉਹ ਬਚੀ ਸੀ, ਠੀਕ ਹੈ ਜੀ, ਮਗਰੀ ਭੱਜ ਗਈ ਸੀ ਡਰ ਦੇ ਨਾਲ, ਪੁੱਠੇ ਮੁੜ ਗਏ, ਪੁੱਠੇ ਹੀ ਮੁੜ ਗਏ ਸੀ ਘੋੜਿਆਂ ਦੇ ਸਮੇਤ, ਕੋਈ ਪੈਦਲ ਜਿੱਧਰ ਕਿਸੇ ਨੂੰ ਲੋਟ ਲੱਗਿਆ ਉਹ ਦੌੜ। ਉਹਨੂੰ ਮਹਾਰਾਜ ਫਿਰ ਮਹਾਰਾਜ ਕਿਹਾ ਸੀ ਵੀ ਹਸਨ ਖਾਨ ਨੂੰ ਵੀ ਤੂੰ ਜਾ ਇਹਨਾਂ ਦੇ ਨਾਲ ਜਾਣਾ, ਤੂੰ ਰਾਜੇ ਨੂੰ ਜਾ ਕੇ ਮਿਲਣਾ, ਰਾਜੇ ਨੂੰ ਵੀ ਤੂੰ ਸੱਚ ਦੱਸਣਾ ਜਾ ਕੇ, ਤੈਨੂੰ ਰਾਜ ਭਾਗ ਮਿਲੂਗਾ। ਹਸਨ ਖਾਨ ਨੇ ਫਿਰ ਸਭ ਕੁਝ ਵੀ ਜਿਵੇਂ ਜਿਵੇਂ ਇੱਥੇ ਜੰਗ ਹੋਈ ਹੈ, ਲਲਾ ਖਾਂ ਕਿਵੇਂ ਮਾਰਿਆ ਗਿਆ, ਗੁੱਲ ਖਾਂ ਕਿਵੇਂ ਮਾਰਿਆ ਗਿਆ, ਜਿਵੇਂ ਇਹ ਮਾਰੇ ਗਏ ਨੇ, ਇਹਦੇ ਭਤੀਜੇ ਸੀ ਜਿਹੜੇ, ਖੀਰ ਡਿੱਠਾ ਸਾਰਾ ਹੀ ਇਹਨੇ ਹਸਨ ਖਾਨ ਨੇ ਦੱਸਿਆ। ਫਿਰ ਉਹਨੂੰ ਉਹਦਾ ਕਾਬਲ ਦਾ ਜਿਹੜਾ ਉਹ ਰਾਜ ਸੀਗਾ ਉਹਨੂੰ ਮਿਲਿਆ ਸੀ ਹਸਨ ਖਾਨ ਨੂੰ। ਅਤੇ ਜਿਹੜਾ ਸ਼ਹੀਦਾਂ ਤੁਸੀਂ ਜਾਓ, ਉੱਥੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ, ਮੇਰਾ ਖਿਆਲ ਵੀ 1400 ਤੋਂ ਜ਼ਿਆਦਾ ਸ਼ਹੀਦ ਹੋਏ ਆ, ਅਤੇ ਕੋਈ ਮਾੜਾ ਮੋਟਾ ਵੱਧ ਘੱਟ ਹੋਊਗਾ ਇਤਿਹਾਸ ਦੇ ਵਿੱਚ, ਜਿਵੇਂ ਆਇਆ ਕੋਈ ਇਤਿਹਾਸ 'ਚ ਕਿਵੇਂ ਆਉਂਦਾ ਕੋਈ ਕਿਵੇਂ ਆਉਂਦਾ। ਸੋ ਉਹ ਫਿਰ ਉੱਥੇ ਸੰਸਕਾਰ ਕੀਤਾ ਸੀਗਾ ਸ਼ਹੀਦਾਂ ਦੇ ਸਥਾਨ 'ਤੇ, ਹਾਂ, ਥੜਾ ਬਣਿਆ ਸੀ, ਅਤੇ ਥੜੇ ਦੇ ਥੱਲੇ ਜਿੰਨੇ ਸਾਰੇ ਮੁਗਲ ਸੀ, ਮੁਗਲਾਂ ਦਾ ਸੰਸਕਾਰ ਹੋਇਆ, ਉਹ ਆਪਣੇ ਨਪੇ ਗਏ ਆ, ਮੁਗਲ ਦਫਨਾਏ ਗਏ, ਉਹਨਾਂ ਦੇ ਵਿੱਚ ਉਹ ਜਿਹੜੀ ਲਲਾ ਬੇਗ ਦੀ ਕਿਰਪਾਨ ਸੀ ਸੋਨੇ ਦੇ ਮੁੱਠੇ ਵਾਲੀ ਸੀ, ਹਾਂਜੀ, ਉਹ ਇੱਥੇ ਮਹਾਰਾਜ ਦਾ ਕੋਈ ਸੀਗਾ, ਜਿਹਨੇ ਮਹਾਰਾਜ ਨੇ ਕਿਹਾ ਸੀ ਵੀ ਜਿੰਨਾ ਕੋਈ ਇਹਨਾਂ ਦਾ ਹੈਗਾ ਸ਼ਸਤਰ ਹੈਗਾ ਸਾਰੇ ਹੀ ਥੱਲੇ ਹੀ ਨੱਪ ਦਿਓ, ਜਿਹਨੇ ਮੁਸਲਮਾਨ ਸੀ ਸਾਰਿਆਂ ਨੂੰ ਥੱਲੇ ਨੱਪਿਆ ਗਿਆ, ਅਤੇ ਨਾਲ ਹੀ ਜਿਹੜੀ ਸੋਨੇ ਦੀ ਮੁੱਠੇ ਦੀ ਕਿਰਪਾਨ ਉਹ ਥੱਲੇ ਨੱਪਣ ਲੱਗੇ, ਅਤੇ ਮਹਾਰਾਜ ਦੇ ਇੱਕ ਪਿੰਡ ਨੇ ਉਹ ਪਿੰਡ ਦੇ ਬੰਦੇ ਨੇ ਚੱਕ ਕੇ ਅਤੇ ਆਪਦੇ ਕੋਲ ਰੱਖ ਲਈ, ਅਤੇ ਸਰੀਰ ਦਾ ਸ਼ਹੀਦਾਂ ਦੇ ਸਰੀਰ ਦਾ ਸੰਸਕਾਰ ਵੀ ਹੋ ਗਿਆ। ਉਦੋਂ ਬਾਅਦ ਮਹਾਰਾਜ ਨੇ ਪੁੱਛਿਆ ਸੀਗਾ ਵੀ ਭਾਈ ਕਿਸੇ ਨੇ ਕੋਈ ਸ਼ਸਤਰ ਤਾਂ ਨਹੀਂ ਚੋਰੀ ਕੀਤਾ, ਰੱਖਿਆ ਤਾਂ ਨਹੀਂ, ਅਤੇ ਉਹਨੇ ਦੱਸਿਆ ਨਹੀਂ, ਮਹਾਰਾਜ ਕਹਿੰਦੇ ਦੱਸ ਦਿਓ ਹਜੇ ਵੀ ਸਮਾਂ, ਨਹੀਂ ਦੱਸਿਆ। ਮਹਾਰਾਜ ਨੇ ਉਦੋਂ ਬਚਨ ਕੀਤਾ ਸੀ ਵੀ ਤੁਸੀਂ ਇਹ ਕਿਰਪਾਨ ਰੱਖੀ ਹੈ, ਇਹ ਹਰ ਸਾਲ ਤੁਹਾਡੇ ਘਰਾਂ ਦੇ ਵਿੱਚ ਲੜਾਈ ਹੋਇਆ ਕਰੂਗੀ, ਅਤੇ ਅੱਜ ਵੀ ਮਹਾਰਾਜ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਵੇਂ ਕਿਵੇਂ ਕਰਕੇ ਕੋਈ ਨਾ ਕੁਝ ਹੁੰਦੀ ਹੈ ਗੱਲ, ਆਏ ਸਾਲ ਹੀ ਹੁੰਦੀ ਹੈ ਗੁਰੂ ਸਾਹਿਬ ਦਾ ਬਚਨ, ਉਹ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ ਸੀ। ਹਾਂ, ਉਹਨੇ ਸੋਨੇ ਦੇ ਮੁੱਠੇ ਵਾਲੀ ਕਿਰਪਾਨ ਸੀ, ਉਹਨੇ ਉਹ ਚੋਰੀ ਕਰ ਲਈ ਸੀ, ਠੀਕ ਹੈ, ਅਤੇ ਬਾਅਦ ਦੇ ਵਿੱਚ ਜੋ ਕੱਢੀ ਉਹਨਾਂ ਨੇ ਕਿ ਵੀ ਉੱਥੇ ਹੀ ਹੈ। ਇਹ ਵੀ ਦੱਸਦੇ ਆ ਜਿਹੜੇ ਇੱਥੋਂ ਬਜ਼ੁਰਗ, ਕਈ ਵਾਰੀ ਮੈਂ ਬਹਿਣਾ ਉਹਨਾਂ ਦੇ ਕੋਲ, ਵੀ ਅੱਜ ਤੋਂ ਤਕਰੀਬਨ 50-60 ਸਾਲ ਪਹਿਲਾਂ ਜਿੱਥੇ ਸ਼ਹੀਦਾਂ ਦਾ ਅਸਥਾਨ ਬਣਿਆ ਹੋਇਆ, ਉੱਥੇ ਜਦੋਂ ਮਿੱਟੀ ਫਰੋਲਦੇ ਸੀ, ਸ਼ਹੀਦਾਂ ਦੇ ਫੁੱਲ ਵੀ ਜਿਵੇਂ ਹੱਡੀਆਂ ਹੁੰਦੀਆਂ ਨੇ, ਉਹ ਵੀ ਆਮ ਦੇਖਣ ਦੇ ਵਿੱਚ ਆਉਂਦੇ ਸੀ। ਉੱਥੇ ਫਿਰ ਉਹ ਥੜਾ ਬਣਾਇਆ ਕਾਰਸੇ ਵਾਲੇ ਬਾਬਿਆਂ ਨੇ, ਮਹਾਂਪੁਰਖਾਂ ਨੇ, ਅੱਜ ਉਹਨਾਂ ਦੀ ਜਗ੍ਹਾ 'ਤੇ ਬਾਬਾ ਘੋਲਾ ਸਿੰਘ ਅੰਦਰ ਰੱਖਿਆ, ਠੀਕ ਹੈ, ਹਾਂਜੀ, ਉਹ ਸੇਵਾ ਸੰਭਾਲ ਕਰ ਉਹ ਨਹੀਂ, ਉਹ ਹੁਣ ਤਾਂ ਇਹ ਦਿੱਲੀ ਵਾਲੇ ਆ, ਪਹਿਲਾਂ ਦੀ ਗੱਲ, ਉਦੋਂ ਪਹਿਲਾਂ ਦੀ ਜਿਹੜੀ ਆਹ ਸੇਵਾ ਹੋਈ ਹੈ, ਹਾਂ, ਬਾਬਾ ਤਾਰਾ ਸਿੰਘ ਜੀ ਹੋਣਾ ਨੇ ਸਾਰੀ ਕੀਤੀ ਇਹ ਸੇਵਾ, ਸਾਰੀ ਜਿੰਨੀ ਵੀ ਆਹ ਤੁਸੀਂ ਦੇਖਦੇ ਹੋ ਇਹ ਬਾਬਾ ਤਾਰਾ ਸਿੰਘ ਦੀ ਸੇਵਾ ਕੀਤੀ ਹੋਈ ਹੈ, ਬਹੁਤ ਸਮਾਂ ਹੋ ਗਿਆ ਇਹਨੂੰ, ਠੀਕ ਹੈ ਜੀ ਬਾਬਾ ਜੀ, ਇੱਥੇ ਹੀ ਮੱਸਿਆ ਲੱਗਦੀ ਹੈ, ਮੱਸਿਆ ਵੀ ਭਰਦੀ ਹੈ, ਅਤੇ ਇਸੇ ਤਰ੍ਹਾਂ ਹੀ ਜਦੋਂ ਵਿਸਾਖੀ ਦਾ ਬਹੁਤ ਜੋੜ ਮੇਲ, ਬਹੁਤ ਸੰਗਤਾਂ ਬੜੇ
ਤਨ ਮਨ ਧਨ ਦੇ ਨਾਲ ਆ ਕੇ ਸੇਵਾ ਕਰਦੀਆਂ ਨੇ ਬਹੁਤ ਜ਼ਿਆਦਾ, ਜਿਵੇਂ ਦਮਨਮਾ ਸਾਹਿਬ ਮਨਾਈ ਜਾਂਦੀ ਹੈ। ਠੀਕ ਹੈ ਠੀਕ ਹੈ ਜੀ, ਆ ਜਿਵੇਂ ਆਪਣਾ ਪੰਡਾਲ ਸਾਰਾ ਦੇਖ ਰਹੇ ਆਪਾਂ, ਖੁੱਲਾ ਡੁੱਲਾ ਵੀ ਸੰਗਤ ਦਾ ਖਚਾ ਖਚ ਭਰ ਜਾਂਦਾ ਉਦੋਂ ਵੀ ਆਪਾਂ। ਉਦੋਂ ਵਿਸਾਖੀ ਵਾਲੇ ਜਿਵੇਂ ਬਹੁਤ ਵਿਸਾਖੀ ਵਾਲੇ ਦਿਨ ਵਿਸਾਖੀ ਵਾਲੇ ਦਿਨ ਭਰ ਜਾਂਦਾ ਸਾਰਾ ਇਹ ਵੀ ਉਹ ਬਾਹਰ ਬਾਹਰ ਦਾ ਕਰਕੇ ਵੀ ਜਿਵੇਂ ਸੰਗਤ ਆਉਂਦੀ ਹੈ ਮਾੜੀ ਮੋਟੀ ਆ ਰਹੀ ਹੈ। ਹਾਂਜੀ, ਜਦੋਂ ਐਤਵਾਰ ਵਾਲੇ ਦਿਨ, ਐਤਵਾਰ ਵਾਲੇ ਦਿਨ ਇਦੋਂ ਵੀ ਰੰਗ ਲੱਗੇ ਹੁੰਦੇ ਨੇ। ਹਾਂਜੀ ਹਾਂਜੀ, ਸਾਰਾ ਵਧੀਆ ਮਹਾਰਾਜ ਦੀ ਕਿਰਪਾ ਇੱਥੇ, ਬਖਸ਼ਿਸ਼ਾਂ ਹੁੰਦੀਆਂ ਜਿਹੜੇ ਆ ਦੇਣ ਨੇ ਮੇਨ ਵੀ, ਇੱਕ ਤਾਂ ਵਿਸਾਖੀ ਤੇ ਇੱਕ ਹਰ ਮਹੀਨੇ ਮੱਸਿਆ ਤੇ ਦਸਵੀਂ ਭਰਦੀ ਹੈ ਜੀ। ਦਸਵੀਂ ਤਾਂ ਸ਼ਹੀਦਾਂ ਦੇ ਉੱਥੇ, ਜੇ ਤੁਸੀਂ ਜਾਓ ਤੁਸੀਂ ਮਹਾਰਾਜ, ਇਹ ਇੱਥੇ ਇਸੇ ਗੁਰਦੁਆਰਾ ਸਾਹਿਬ ਨਾਲ ਹੀ ਅਟੈਚ ਹੈਗਾ, ਬਾਬਾ ਸਿੱਧ ਤਿਲਕਰਾਏ। ਠੀਕ ਹੈ ਜੀ। ਹਾਂਜੀ, ਉੱਥੇ ਦਸਵੀਂ ਭਰਦੀ ਹੈ। ਠੀਕ ਹੈ, ਇੱਥੇ ਮੱਸਿਆ ਤੇ ਵਿਸਾਖੀ ਦਾ, ਵਿਸਾਖੀ ਦਾ ਤੇ ਮਾਘੀ ਦਾ ਜੋੜ ਮੇਲ, ਮਾਘੀ ਦਾ ਜੋੜ ਮੇਲ ਇੱਥੇ ਭਰਿਆ ਜਾਂਦਾ, ਸੰਗਤਾਂ ਵੱਧ ਚੜ ਕੇ ਸਹਿਯੋਗ। ਵਾਹਿਗੁਰੂ ਜੀ ਕੀ ਖਾਲਸਾ ਜੀ ਕੀ ਫਤਿਹ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਮਹਾਰਾਜ, ਤੇ ਤੁਸੀਂ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖਿਆ ਇਸ ਸਥਾਨ ਬਾਰੇ ਬਾਬਾ ਜੀ ਨੇ ਬਹੁਤ ਵਿਸਥਾਰ ਦੇ ਨਾਲ ਆਪ ਜੀ ਨੂੰ ਇਤਿਹਾਸ ਬਾਰੇ ਚਾਨਣਾ ਪਾਇਆ, ਅਤੇ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਦਰਸ਼ਨ ਕਰਨ ਆਓ ਅਤੇ ਆਪਣੇ ਚੰਗੇ ਭਾਗ ਲਿਖਾਓ। ਅਤੇ ਇੱਥੇ ਦਰਸ਼ਨ ਕਰਨ ਦੀ ਜੇ ਆਉਣਾ ਤੁਸੀਂ ਤਾਂ, ਬਾਬਾ ਜੀ ਨੇ ਜਿਵੇਂ ਦੱਸਿਆ ਵੀ ਹਰ ਐਤਵਾਰ ਨੂੰ ਵੀ ਸੰਗਤ ਆਉਂਦੀ ਹੈ, ਅਤੇ ਬਾਕੀ ਪ੍ਰਬੰਧ ਬਹੁਤ ਵਧੀਆ ਇੱਥੇ, ਅਤੇ ਮੱਸਿਆ ਮਾਘੀ ਅਤੇ ਵਿਸਾਖੀ ਬਹੁਤ ਵਧੀਆ ਤਰੀਕੇ ਨਾਲ ਇੱਥੇ ਭਰਦੀ ਹੈ ਜੀ। ਸੋ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।